ਅੱਖਾਂ ਵਿੱਚ ਧਿਆਉਂਦੇ ਹਾਂ ਤਾਂ ਸਾਨੂੰ ਨੇੜੇ ਹੋ ਕੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸਮਝਣ ਲਈ ਯਤਨ ਕਰਨੇ ਚਾਹੀਦੇ ਨੇ। ਨੇੜੇ ਹੋ ਕੇ ਸ਼ਬਦ ਦਾ ਫੁਰਮਾਨ ਕੀ ਹੈ, ਗੁਰੂ ਸ਼ਬਦ ਸਾਨੂੰ ਸੇਧ ਕੀ ਦੇ ਰਿਹਾ, ਕਿਹੜੇ ਰੰਗਾਂ ਵੱਲ ਸਾਨੂੰ ਪ੍ਰੇਰ ਰਿਹਾ। ਇਸੇ ਤਰ੍ਹਾਂ ਲੋਹੜੀ ਦੀ ਗੱਲ ਹੈ, ਅਜੀਬ ਜਿਹੀ ਗੱਲ। ਹੁਣ ਦੂਜੇ ਲੋਕ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਿਲ ਪਾ ਕੇ ਅਤੇ ਘਿਓ ਪਾ ਕੇ ਅਤੇ ਹੋਰ ਅੱਗ ਵਿੱਚ ਕੁਝ ਸੁੱਟ ਕੇ ਅੱਗ ਦੀ ਪੂਜਾ ਕਰਨ, ਅਤੇ ਸਿੱਖ ਵੀ ਚਾਹ ਦੇ ਨਾਲ ਬਹਾਨੇ ਜਿਹੇ ਬਣਾ ਕੇ ਵੀ ਅੱਜ ਮੁੰਡਾ ਜੰਮਿਆ, ਅੱਜ ਮੁੰਡੇ ਦਾ ਵਿਆਹ ਹੈ, ਅੱਜ ਮੁੰਡੇ ਦੇ ਘਰ ਮੁੰਡਾ ਹੋਇਆ, ਅੱਜ ਫਲਾਣੀ ਗੱਲ ਹੋਈ ਹੈ, ਅਤੇ ਲੋਹੜੀਆਂ ਮਨਾਉਣ ਲੱਗ ਪੈਣ। ਇਸ ਦਾ ਮਤਲਬ ਸਪਸ਼ਟ ਹੈ ਕਿ ਸਿੱਖ ਸ਼ਬਦ ਤੋਂ, ਗੁਰਮਤ ਮਾਰਗ ਤੋਂ ਥਿੜਕਿਆ ਹੋਇਆ ਹੈ, ਗੁਰਮਤ ਮਾਰਗ ਤੋਂ ਥਿੜਕਿਆ ਹੋਇਆ। ਕਹਿਣ ਲੱਗ ਪਿਆ ਵੀ ਜੇ ਮੁੰਡਿਆਂ ਦੀ ਹੋਲੀ ਕੀਤੀ ਜਾ ਲੋਹੜੀ ਕੀਤੀ ਜਾ ਸਕਦੀ ਤਾਂ ਕੁੜੀਆਂ ਦੀ ਕਿਉਂ ਨਹੀਂ ਲੋਹੜੀ ਕੀਤੀ ਜਾ ਸਕਦੀ। ਇੱਕ ਨਵੀਂ ਗੱਲ ਲੈ ਕੇ ਕਈ ਵਾਰ ਨਾ ਸਿੱਖ ਤੁਰਦੇ ਨੇ, ਲੇਕਿਨ ਸਵਾਲਾਂ ਦਰ ਸਵਾਲ ਹੈ ਕਿ ਕੀ ਮੁੰਡੇ ਦੀ ਲੋਹੜੀ ਮਨਾਉਣੀ ਇਹ ਗੁਰਮਤ ਹੈ? ਫਿਰ ਅਸੀਂ ਕੁੜੀ ਦੀ ਲੋਹੜੀ ਮਨਾਉਣ ਵਾਸਤੇ ਵੀ ਜ਼ੋਰ ਦਈਏ ਕਿ ਲੋਹੜੀ ਹੋਣੀ ਨਹੀਂ ਚਾਹੀਦੀ, ਕਿਹੜੀ ਗੱਲ ਠੀਕ ਦੋਵਾਂ 'ਚ? ਲੋਹੜੀ ਨਾਮ ਦਾ ਕਿਸੇ ਪ੍ਰਕਾਰ ਦਾ ਫੈਸਟੀਵਲ, ਕਿਸੇ ਪ੍ਰਕਾਰ ਦਾ ਤਿਉਹਾਰ ਸਿੱਖੀ ਮੰਡਲ ਵਿੱਚ ਕੋਈ ਥਾਂ ਨਹੀਂ ਰੱਖਦਾ। ਬਿਲਕੁਲ, ਅਸੀਂ ਆਪਣੀਆਂ ਖੁਸ਼ੀਆਂ ਦਾ ਪ੍ਰਗਟਾਵ ਕਰਨਾ ਹੈ ਬੱਚੇ ਦੇ ਜਨਮ 'ਤੇ ਜਾਂ ਬੱਚੇ ਦੇ ਵਿਆਹ 'ਤੇ ਜਾਂ ਕਿਸੇ ਹੋਰ ਸਮੇਂ ਵੀ ਆਪਣੀਆਂ ਖੁਸ਼ੀਆਂ ਦਾ ਪ੍ਰਗਟਾਵ ਕਰਨਾ, ਜੀ ਸਦਕੇ ਅਸੀਂ ਕਰੀਏ। ਅਸੀਂ ਅੱਗ ਦੇ ਪੁਜਾਰੀ ਨਹੀਂ ਹੈਗੇ, ਜਾਂ ਜੇ ਖਾਣ ਵਾਲੀਆਂ ਗੱਲਾਂ ਨੇ ਵੀ ਅਸੀਂ ਰਜੌੜੀਆਂ ਖਾਣੀਆਂ ਨੇ ਅਤੇ ਗੁੜ ਖਾਣਾ ਹੈ ਅਤੇ ਐਸੀਆਂ ਸ਼ਕਤੀਸ਼ਾਲੀ ਚੀਜ਼ਾਂ ਜਿਹੜੀਆਂ ਖਾਣੀਆਂ ਨੇ ਸਰਦੀਆਂ ਦੇ ਦਿਨਾਂ ਵਿੱਚ ਅਸੀਂ ਜਿੰਨੀਆਂ ਮਰਜ਼ੀ ਭੈਣਾਂ ਭਰਾਵਾਂ ਨੂੰ ਵੰਡੀਏ, ਪਰ ਉਹ ਕੇਵਲ ਲੋਹੜੀ ਦੇ ਸਿਰਲੇਖ ਥੱਲੇ ਕਿਉਂ, ਲੋਹੜੀ ਦੇ ਨਾਂ 'ਤੇ ਕਿਉਂ ਕਰੀਏ? ਅਸੀਂ ਜੇ ਅਸੀਂ ਲੋਹੜੀ ਦੇ ਨਾਂ ਥੱਲੇ ਕਰਦੇ ਹਾਂ, ਜਿਵੇਂ ਕਿ ਤੁਸੀਂ ਜਿਸ ਵੇਲੇ ਵਿਚਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ, ਆਮ ਸੰਗਤਾਂ ਜਿਹੜੀਆਂ ਦੂਰ ਦੁਰਾਡੇ ਥਾਵਾਂ 'ਤੇ ਰਹਿੰਦੀਆਂ ਨੇ, ਕਈਆਂ ਥਾਵਾਂ 'ਤੇ ਗੁਰੂ ਕੇ ਸਿੱਖਾਂ ਨੇ ਜਾਂ ਪ੍ਰਬੰਧਕਾਂ ਨੇ ਇਹ ਇੱਕ ਜੁਗਤੀ ਜਿਹੀ ਬਣਾ ਲਈ ਵੀ ਚਲੋ ਬਾਹਰ ਲੋਹੜੀ ਨਾ ਹੋਵੇ, ਆਪਾਂ ਬਈ ਲੋਹੜੀ ਵਾਲੀ ਸ਼ਾਮ ਨੂੰ ਨਾ ਵਿਸ਼ੇਸ਼ ਦੀਵਾਨ ਸਜਾਵਾਂਗੇ, ਅੱਜ ਲੋਹੜੀ ਵਾਲੀ ਸ਼ਾਮ ਹੈ ਗੁਰਦੁਆਰੇ ਅਤੇ ਗੁਰਦੁਆਰੇ ਦੇ ਵਿਹੜੇ ਵਿੱਚ ਤੁਸੀਂ ਲੋਹੜੀ ਬਾਲ ਲਓ। ਲਓ ਇਹਨੂੰ ਨਾ ਕਈ ਵਾਰ ਸੰਸਾਰੀ ਸ਼ਬਦਾਵਲੀ ਵਿੱਚ ਕਿਹਾ ਜਾਂਦਾ ਇਹ ਇੱਕ ਕੰਪਰੋਮਾਈਜ਼ਿੰਗ ਹੈ, ਕੰਪਰੋਮਾਈਜ਼ਿੰਗ। ਪਰ ਸਿਧਾਂਤ ਦੀ ਜਿਹੜੀ ਸਪਸ਼ਟਤਾ ਹੁੰਦੀ ਹੈ ਨਾ, ਉਹਦੇ ਵਿੱਚ ਕੰਪਰੋਮਾਈਜ਼ਿੰਗ ਹੁੰਦਾ ਹੀ ਨਹੀਂ ਹੈ, ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ, ਸਿਧਾਂਤ ਸਪਸ਼ਟ ਹੁੰਦਾ। ਜੇ ਲੋਹੜੀ ਬਾਹਰ ਕੀਤੀ ਜਾਣੀ ਪ੍ਰਵਾਨ ਨਹੀਂ ਤੇ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਪ੍ਰਵਾਨ? ਇੱਕ ਸਿੱਖ ਨਹੀਂ ਕਰ ਸਕਦਾ, ਇੱਕ ਪਰਿਵਾਰ ਨਹੀਂ ਕਰ ਸਕਦਾ ਤੇ ਸੰਗਤ ਸਾਰੀ ਰਲ ਕੇ ਕਰ ਲਵੇ ਫਿਰ ਪ੍ਰਵਾਨ? ਜੇ ਬਾਹਰ ਇਹ ਸਾਰਾ ਕੁਝ ਨਹੀਂ ਕੀਤਾ ਜਾ ਸਕਦਾ ਤੇ ਇੱਥੇ ਕੋਈ ਆ ਜਾਵੇ ਗੁਰੂ ਦਰਬਾਰ ਦੇ ਵਿੱਚ ਤੇ ਇੱਥੇ ਕੜਾਹ ਪ੍ਰਸ਼ਾਦ ਦੀ ਥਾਂ ਤੇ ਰਿਓੜੀਆਂ ਦੇ ਦਿੱਤੀਆਂ ਜਾਣ ਤੇ ਮੂੰਗਫਲੀ ਦੇ ਦਿੱਤੀ ਜਾਵੇ ਤੇ ਫਿਰ ਪ੍ਰਵਾਨ ਹੈ? ਕੀ ਅਸੀਂ ਸਮਝਾਂਗੇ ਪ੍ਰਵਾਨ ਹੈ? ਕਿਸੇ ਰੂਪ 'ਚ ਵੀ ਪ੍ਰਵਾਨ ਨਹੀਂ ਹੈ। ਕਿਉਂ ਕੀਤਾ ਜਾਂਦਾ ਹੈ? ਸਿਰਫ ਅਗਿਆਨਤਾ ਦੇ ਵਿੱਚ ਆ ਕੇ। ਜਿਹੜੀ ਜੈਂਡਰ ਦੀ ਗੱਲ ਹੈ, ਲਿੰਗ ਦੀ ਗੱਲ ਹੈ ਕਿ ਬੱਚੀ ਨੂੰ ਸਮਾਨ ਸਮਝਣਾ ਚਾਹੀਦਾ ਹੈ, ਬੱਚੇ ਨੂੰ ਲੜਕੇ ਦੇ ਸਮਾਨ ਸਮਝਣਾ ਚਾਹੀਦਾ ਹੈ, ਇਹ ਗੱਲ ਬਿਲਕੁਲ ਠੀਕ ਹੈ। ਲੇਕਿਨ ਇਸ ਦਾ ਇਸ ਵੇਲੇ ਬਈ ਲੜਕੇ ਦੇ ਲੋਹੜੀ ਮਨਾਈ ਜਾਂਦੀ ਤੇ ਹੁਣ ਲੜਕੀ ਦੀ ਵੀ ਲੋਹੜੀ ਹੋਣੀ ਚਾਹੀਦੀ ਹੈ, ਲੇਕਿਨ ਸਿੱਖੀ ਮੰਡਲ ਵਿੱਚ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਲੋਹੜੀ ਮਨਾਈ ਜਾਣੀ ਹੀ ਵਿਧਾਨ ਨਹੀਂ ਹੈ, ਸਿਧਾਂਤ ਦੇ ਅਨੁਕੂਲ ਨਹੀਂ ਹੈ ਔਰ ਨਹੀਂ ਹੋਣੀ ਚਾਹੀਦੀ।
ਸਾਨੂੰ ਗੁਰੂ ਕੇ ਪਿਆਰ ਵਾਲਿਆਂ ਨੂੰ ਜਿੱਥੇ ਕਿੱਥੇ ਵੀ ਕੋਈ ਕਿਤੇ ਵੀ ਆਪਣੀ ਅਪਰੋਚ ਰੱਖਦਾ ਹੈ, ਗਿਆਨ ਵਾਲੀ ਅਪਰੋਚ ਜਾਂ ਅਧਿਕਾਰ ਵਾਲੀ ਅਪਰੋਚ, ਜਿੱਥੇ ਵੀ ਹੋਵੇ, ਜਿੱਥੇ ਵੀ ਕਿਤੇ ਹੋ ਸਕੇ ਉਸ ਨੂੰ ਠੀਕ ਕਰਨਾ ਚਾਹੀਦਾ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਵੀ ਅਜਿਹਾ ਨਾ ਹੋਵੇ, ਅਜਿਹੀ ਕੁਰੀਤੀ ਹੈ, ਅਨੀਤੀ ਹੈ ਜਿਹੜੀ ਉਹ ਨਾ ਹੋਵੇ। ਤੀਸਰੀ ਗੱਲ ਦੇਖਣਾ ਤੁਸਾਂ ਨੇ, ਦੀਵਾਲੀ ਹੈ ਕੀ ਹੈ? ਭਾਰਤ ਦੀ ਜਿਹੜੀ ਬਹੁ ਗਿਣਤੀ ਹੈ ਨਾ, ਅਜੇ ਵੀ ਇਸ ਫੈਸਟੀਵਲ ਨੂੰ ਫੈਸਟੀਵਲ ਆਫ ਲਾਈਟ ਦੇ ਰੂਪ ਦੇ ਵਿੱਚ ਮਨਾਉਂਦੀ ਹੈ। ਹੋਰ ਮਤਾਂ ਦੇ ਵਿੱਚ ਵੀ ਨਾ ਫੈਸਟੀਵਲ ਆਫ ਲਾਈਟ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਦਿਨ ਮਨਾਇਆ ਜਾਂਦਾ ਹੈ। ਦੀਵੇ ਬਲਣੇ ਅਤੇ ਐਸਾ ਸਾਰਾ ਚਾਨਣਾ ਹੋਣਾ ਹੈ, ਲੋਕਾਂ ਦੀ ਸੋਚ ਨੂੰ ਅੱਛਾ ਲੱਗਦਾ ਹੈ। ਲੇਕਿਨ ਕੀ ਸਿੱਖੀ ਮੰਡਲ ਵਿੱਚ ਇਹਨਾਂ ਦੀਵਿਆਂ ਦੇ ਚਾਨਣ ਨੂੰ ਕੋਈ ਮਾਨਤਾ ਹੈ, ਜਾਂ ਇਸ ਦੇ ਨਾਲ ਜੁੜੀਆਂ ਹੋਈਆਂ ਕਿਸੇ ਪ੍ਰਕਾਰ ਦੀਆਂ ਕਥਾਵਾਂ ਕਹਾਣੀਆਂ ਨੂੰ ਉਹ ਕਿਤਨੀਆਂ ਸੱਚ ਨੇ ਜਾਂ ਕਿਤਨੀਆਂ ਸੱਚ ਨਹੀਂ ਹੈ, ਉਸ ਦੀ ਕੋਈ ਮਾਨਤਾ ਹੈ? ਭਗਵਾਨ ਇਹਨਾਂ ਦਿਨਾਂ ਵਿੱਚ ਭਗਵਾਨ ਰਾਮ ਸਮੇਂ ਦੇ ਅਵਤਾਰੀ ਪੁਰਸ਼ ਘਰ ਆਏ ਸਨ, ਇਸੇ ਦਿਨ ਹੀ ਆਏ ਸਨ ਕਿ ਨਹੀਂ ਆਏ ਸਨ? ਨੋਬਾਡੀ ਨੋਸ। ਲੇਕਿਨ ਕਹਿਣ ਵਾਲੇ ਕਹਿੰਦੇ ਨੇ ਕਿ ਆਏ ਸਨ, ਇਸ ਲਈ ਦੀਪਮਾਲਾ ਹੋਈ। ਅਤੇ ਮੈਂ ਇਹੋ ਕਹਾਂਗਾ, ਭਗਵਾਨ ਰਾਮ ਨੂੰ ਭਗਵਾਨ ਮੰਨਣ ਵਾਲੇ ਅਗਰ ਦੀਵੇ ਬਾਲਣਾ ਚਾਹੁੰਦੇ ਨੇ ਤਾਂ ਮਨਾਉਣ ਕਰਨ, ਲੇਕਿਨ ਕੀ ਸਿੱਖੀ ਮੰਡਲ ਵਿੱਚ ਇਸ ਪ੍ਰਕਾਰ ਦੀ ਕੋਈ ਗੁੰਜਾਇਸ਼ ਹੈ? ਇਸ ਦੀਵੇ ਨੂੰ ਇਸ ਦੀਵੇ ਦੇ ਚਾਨਣ ਦਾ ਪ੍ਰਤੀਕ ਸਮਝ ਕੇ ਮੰਨਣਾ ਕੋਈ ਸਿਧਾਂਤਕ ਪ੍ਰੋੜਤਾ ਹੁੰਦੀ ਹੈ ਕਿਤੇ? ਕਿਤੇ ਵੀ ਨਹੀਂ ਹੁੰਦੀ। ਹੁਣ ਹੋਇਆ ਕੀ ਕਿ ਅਸੀਂ ਉਸ ਵਲਗਣ ਵਿੱਚੋਂ ਨਿਕਲਣ ਦੇ ਯਤਨ ਵਜੋਂ ਨਾ ਹੌਲੀ 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 ਕਰਕੇ ਇਹ ਚੇਤਨਾ ਤਿੱਖੀ ਹੋਈ ਕਿ ਇਸ ਦਾ ਨਾਮ ਬੰਦੀ ਛੋੜ ਦਿਵਸ ਰੱਖ ਲਿਆ ਜਾਵੇ। ਪਹਿਲਾਂ ਅਸੀਂ ਇਉਂ ਕਹਿੰਦੇ ਰਹੇ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨਾਲ ਇਸ ਦਿਨ ਅੰਮ੍ਰਿਤਸਰ ਆਏ ਸਨ, ਇਸ ਲਈ ਬਾਬਾ ਬੁੱਢਾ ਜੀ ਨੇ ਅਤੇ ਹੋਰ ਗੁਰਸਿੱਖਾਂ ਨੇ ਉਸ ਦਿਨ ਵੀ ਦੀਪਮਾਲਾ ਕੀਤੀ ਸੀ। ਹੁਣ ਇਤਿਹਾਸਕਾਰ ਇਹ ਲੱਭਣ ਲੱਗ ਪਏ ਨੇ, ਸਾਹਮਣੇ ਲਿਆਉਣ ਲੱਗ ਪਏ ਨੇ ਕਿ ਛੇਵੇਂ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਵਿੱਚੋਂ ਨਿਕਲ ਕੇ ਇਸ ਦਿਨ ਅੰਮ੍ਰਿਤਸਰ ਪਹੁੰਚੇ ਹੀ ਨਹੀਂ, ਉਹ ਤਰੀਖ ਹੀ ਨਹੀਂ ਬਣਦੀ। ਜੇ ਅੱਗੇ ਪਿੱਛੇ ਪਹੁੰਚੇ ਕਿਸੇ ਸਮੇਂ, ਅਜੇ ਕੈਲੰਡਰ ਦੀ ਤਰੀਖ ਨਿਸ਼ਚਿਤ ਕਰਨੀ ਜਿਹੜੀ ਹੈ, ਜੇ ਮੈਂ ਕਹਾਂ ਕਿ ਬਾਕੀ ਹੈ, ਅਜੇ ਬਾਕੀ ਹੈ। ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਗੇ ਪਿੱਛੇ ਹੀ ਪਹੁੰਚੇ ਤਾਂ ਜਿਹੜਾ ਫਿਰ ਭਾਰੀ ਅਸੀਂ ਵਰਗ ਕਹੀਏ, ਵੱਡਾ ਵਰਗ ਕਹੀਏ ਦੀਵਾਲੀ ਮਨਾਉਣ ਵਾਲਿਆਂ ਦਾ, ਅਸੀਂ ਉਸੇ ਦਿਨ ਹੀ ਦੀਵੇ ਅਸੀਂ ਬਾਲੀਏ ਹਰਿਮੰਦਰ ਦੇ ਵਿੱਚ, ਉਸੇ ਦਿਨ ਦੀਵੇ ਬਾਲੀਏ ਅਸੀਂ ਬਾਲੀਏ ਆਪਣੇ ਇੱਥੇ ਘਰਾਂ ਦੇ ਵਿੱਚ ਅਤੇ ਗੁਰਦੁਆਰਿਆਂ ਦੇ ਵਿੱਚ, ਕੀ ਇਹ ਇੱਕ ਭਰਮ ਮੂਲਕ ਕਰਮ ਨਹੀਂ ਹੈ? ਅਤੇ ਕੀ ਹੈ ਹੋਰ? ਔਰ ਇਹ ਸਿਰਫ ਉਸ ਵੇਲੇ ਹੈ ਜਿਸ ਵੇਲੇ ਅਸੀਂ ਭੁੱਲ ਜਾਂਦੇ ਹਾਂ ਕਿ ਅਸਲ ਵਿੱਚ ਇਹ ਬਾਹਰਲੇ ਦੀਵਿਆਂ ਦੇ ਨਾਲ ਸਾਡੇ ਅੰਦਰ ਚਾਨਣ ਨਹੀਂ ਹੁੰਦਾ। ਸਾਡੇ ਅੰਦਰ ਚਾਨਣ ਜਿਹੜਾ ਹੈ ਉਹ ਕੇਵਲ ਸ਼ਬਦ ਨਾਲ ਜੁੜਿਆ ਹੀ ਹੋ ਸਕਦਾ ਹੈ। ਦੀਵਾ ਬਲੈ ਅੰਧੇਰਾ ਜਾਇਆ। ਹਾਂਜੀ, ਔਰ ਕਿਹੜਾ ਕਿਹੜਾ ਦੀਵਾ ਬਲੇ? ਹੁਣ ਅਗਾਂਹ ਇਹ ਗੱਲ ਲੱਭਿਓ, ਜੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਦੀਵਾ ਮੇਰਾ ਏਕ ਨਾਮ, ਲਫ਼ਜ਼ ਨੂੰ ਐਮਫੇਸਾਈਜ਼ ਕਰੋ, ਦੀਵਾ ਕੀ ਹੈ? ਦੀਵਾ ਮੇਰਾ ਏਕ ਨਾਮ, ਨਾਮ ਰੂਪੀ ਦੀਵਾ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ ਰੂਪੀ ਦੀਵਾ ਹੈ।
ਜਿਸ ਦੀ ਬਦੌਲਤ ਉਹਨ ਚਾਨਣ ਉਹ ਸੋਖਿਆ ਚੁੱਕਾ ਜਮ ਸਿਉਂ ਮੋਇਆ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਇਹ ਗੱਲ ਨਾ ਸਾਨੂੰ ਸਮਝਣ ਦੀ ਲੋੜ ਹੈ, ਸਮਝਾਉਣ ਦੀ ਲੋੜ ਹੈ ਬਹੁਤ ਜ਼ਿਆਦਾ। ਗੱਲ ਇਹ ਹੈ ਮਤਾਂ ਵਿੱਚ ਧਰਮਾਂ ਦੇ ਵਿੱਚ ਨਾ ਜਿਹੜੀ ਡਿਵੈਲਪਮੈਂਟ ਹੈ ਉਹ ਹਮੇਸ਼ਾ ਹੁੰਦੀ ਰਹਿੰਦੀ ਹੈ। ਜਿੱਥੇ ਅਸੀਂ ਅੱਜ ਹਾਂ ਜਾਂ ਜਿਸ ਸੋਚ ਦੇ ਧਾਰਨੀ ਅਸੀਂ ਅੱਜ ਹਾਂ ਜਾਂ ਜਿਸ ਢੰਗ ਦੇ ਨਾਲ ਅਸੀਂ ਅੱਜ ਸੋਚਦੇ ਹਾਂ ਇਹ ਅਸੀਂ ਇੱਕੋ ਦਿਨ 'ਚ ਹੋ ਨਹੀਂ ਸਕੇ, ਇੱਕੋ ਦਿਨ 'ਚ ਨਹੀਂ ਹੋਏ। ਕੁਝ ਬੜੇ ਚੇਤੰਨ ਵਿਅਕਤੀ ਇੱਕੋ ਦਿਨ 'ਚ ਹੋ ਗਏ, ਲੇਕਿਨ ਜਿਹੜੀ ਗੱਲ ਕੌਮੀ ਹੁੰਦੀ ਹੈ ਨਾ ਸਾਰੇ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਗੱਲ ਹੁੰਦੀ ਹੈ ਉਹ ਚਟਾਪਟ ਨਹੀਂ ਹੋਇਆ ਕਰਦੀ। ਤਾਂ ਇਹ ਇੱਕ ਐਂ ਕਹਿ ਲਈਏ ਇੱਕ ਮੁੱਢਲਾ ਜਿਹਾ ਯਤਨ ਸੀ ਵੀ ਇਸ ਨੂੰ ਇਸ ਰੂਪ 'ਚ ਅੱਜ ਲੈ ਲਿਆ ਜਾਵੇ, ਕੱਲ੍ਹ ਨੂੰ ਇਸ ਤੋਂ ਅੱਗੇ ਚੇਤੰਨ ਜਿਹੜੀਆਂ ਬਿਰਤੀਆਂ ਨੇ ਇਸ ਤੋਂ ਅੱਗੇ ਲੈ ਜਾਣਗੀਆਂ। ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਭਾਈ ਸਾਹਿਬ, ਵਾਹਿਗੁਰੂ। ਮੈਂ ਆਪਣੇ ਘਰ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ। ਮੇਰੇ ਫਾਦਰ ਸਾਹਿਬ ਚਲਾਣਾ ਕੀਤਾ ਗ੍ਰੰਥੀ ਸਨ, ਬਹੁਤ ਵਿਦਵਾਨ ਗ੍ਰੰਥੀ। ਮੇਰੀ ਉਮਰ ਉਸ ਵੇਲੇ